ਕੱਲ ਸ਼ਾਮ ਤੋਂ ਇੱਕ ਚਰਚਾ ਛਿੜੀ ਹੋਈ ਹੈ, ਡਿੰਪੀ ਢਿੱਲੋਂ ਨੇ ਜਦੋਂ ਤੋਂ ਪਾਰਟੀ ਛੱਡੀ ਹੈ ਉਦੋਂ ਤੋਂ ਹੀ ਚਰਚਾ ਹੈ ਕਿ ਅਕਾਲੀ ਦਲ ਨਹੀਂ ਤਾਂ ਹੋਰ ਕੌਣ। ਇਸ ਗੱਲ ਦਾ ਜਵਾਬ ਇੱਕ ਇਕੱਠ ਦੇ ਵਿੱਚ ਸਾਹਮਣੇ ਆਉਂਦਾ ਨਜ਼ਰ ਆ ਰਿਹਾ। ਦਰਅਸਲ ਡਿੰਪੀ ਢਿੱਲੋਂ ਨੇ ਇੱਕ ਭਾਰੀ ਇਕੱਠ ਸੱਦਿਆ ਸੀ, ਭਾਰੀ ਦਾ ਮਤਲਬ ਹੈ ਇੱਕ ਬਹੁਤ ਵੱਡਾ ਇਕੱਠ, ਜ਼ਾਹਿਰ ਤੌਰ 'ਤੇ ਵੱਡਾ ਇਕੱਠ। ਲਾਈਵ ਤਸਵੀਰਾਂ ਦੇ ਵਿੱਚ ਹੁਣ ਤੱਕ ਤੁਸੀਂ ਦੇਖ ਚੁੱਕੇ ਹੋਣੇ ਹੋ ਕਿ ਕਿਸ ਕਿਸਮ ਦਾ ਇਕੱਠ ਜਿਹੜਾ ਇਹ ਸੱਦਿਆ ਗਿਆ ਸੀ, ਡਿੰਪੀ ਢਿੱਲੋਂ ਨੇ ਕਿੰਨਾ ਜ਼ਿਆਦਾ ਇਕੱਠ ਸੱਦਿਆ ਸੀ ਔਰ ਉਸ ਦੇ ਵਿੱਚ ਜ਼ੁਬਾਨੀ ਤੌਰ 'ਤੇ ਇੱਕ ਮਤਾ ਪਾ ਲਿਆ ਗਿਆ। ਦਰਅਸਲ ਚਰਚਾ ਚੱਲ ਰਹੀ ਸੀ, ਡਿੰਪੀ ਢਿੱਲੋਂ ਕਹਿੰਦੇ ਨੇ ਕਿ ਜੋ ਤੁਹਾਨੂੰ ਮਨਜ਼ੂਰ ਹੋਵੇ, ਜੋ ਸੰਗਤਾਂ ਨੂੰ ਮਨਜ਼ੂਰ ਹੋਵੇ ਪ੍ਰਵਾਨ ਕੀਤਾ ਜਾਵੇਗਾ। ਆਉਣ ਵਾਲੀ ਰਣਨੀਤੀ ਉੱਤੇ ਫੈਸਲਾ ਲੈਣਾ ਸੀ, ਜਿਸ ਵਾਸਤੇ ਉੱਥੇ ਬੈਠੇ ਕੁਝ ਲੋਕਾਂ ਨੇ ਕਿਹਾ ਕਿ ਜੇ ਤਾਂ ਕੰਮ ਕਰਾਉਣੇ ਹੈ ਫਿਰ ਸਰਕਾਰ ਕੰਨੀ ਜਾਇਆ ਜਾਵੇ, ਅਤੇ ਉਸ ਉੱਤੇ ਜੈਕਾਰਾ ਛੱਡ ਕੇ ਮਤਾ ਜਿਹੜਾ ਹੈ ਉਹ ਜ਼ੁਬਾਨੀ ਤੌਰ 'ਤੇ ਪਾ ਲਿਆ ਗਿਆ। ਜਿਸ ਤੋਂ ਬਾਅਦ ਹੁਣ ਇਹ ਅੰਦਾਜ਼ੇ ਲਾਉਣੇ ਹੋਰ ਤੀਵਰਤਾ ਦੇ ਨਾਲ ਤੇਜ਼ ਹੋ ਗਏ ਨੇ ਕਿ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈਣ ਲੱਗੇ ਨੇ। ਹਾਲਾਂਕਿ ਇੰਤਜ਼ਾਰ ਕਰਨਾ ਚਾਹੀਦਾ, ਉਦੋਂ ਤੱਕ ਇੰਤਜ਼ਾਰ ਕਰਨਾ ਚਾਹੀਦਾ ਜਦੋਂ ਤੱਕ ਕੋਈ ਨਿਰਧਾਰਿਤ ਟਿੱਪਣੀ ਸਾਹਮਣੇ ਨਹੀਂ ਆ ਜਾਂਦੀ, ਕੋਈ ਪ੍ਰੂਫ ਸਾਹਮਣੇ ਨਹੀਂ ਆ ਜਾਂਦਾ। ਪਰ ਜਿਹੜਾ ਸਮਾਗਮ, ਜਿਹੜਾ ਇਕੱਠ ਡਿੰਪੀ ਢਿੱਲੋਂ ਨੇ ਸੱਦਿਆ, ਜਿਹਦੇ ਵਿੱਚ ਲਾਈਵ ਹੋ ਕੇ ਲੋਕਾਂ ਨਾਲ ਆਪਣੇ ਸਮਰਥਕਾਂ ਦੇ ਨਾਲ ਗੱਲਬਾਤ ਕਰ ਰਹੇ ਡਿੰਪੀ ਢਿੱਲੋਂ, ਉਹਦੇ ਵਿੱਚ ਸਾਫ਼ ਕਰ ਦਿੱਤਾ ਗਿਆ, ਜੈਕਾਰਾ ਛੱਡ ਕੇ ਮਤਾ ਪਾ ਦਿੱਤਾ ਗਿਆ। ਉਹ 'ਚ ਕਿਹਾ ਗਿਆ ਕਿ ਦੋ ਪਾਰਟੀਆਂ ਨੇ ਸਾਹਮਣੇ, ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ, ਅਤੇ ਜਿਹਦੇ ਵਿੱਚ ਮਤਾ ਸਰਕਾਰ ਵੱਲ ਨੂੰ ਪਾਲਿਆ ਗਿਆ, ਯਾਨੀ ਕਿ ਸਰਕਾਰ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਅਤੇ ਕੀ ਹੁਣ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈਣ ਲੱਗੇ ਨੇ। ਇੱਕ ਨਰੇਟਿਵ ਵਿੱਚ ਹੋਰ ਵੀ ਆ ਰਿਹਾ ਸੀ ਕਿ ਡਿੰਪੀ ਢਿੱਲੋਂ ਦੀ ਆਮ ਆਦਮੀ ਪਾਰਟੀ ਦੇ ਨਾਲ ਵੀ ਗੱਲਬਾਤ ਚੱਲਦੀ ਪਈ ਸੀ, ਪਰ ਹੁਣ ਚੱਲਦੀ ਸੀ ਜਾਂ ਨਹੀਂ ਚੱਲਦੀ ਸੀ ਇਹ ਆਮ ਆਦਮੀ ਪਾਰਟੀ ਜਾਣਦੀ ਹੈ ਜਾਂ ਡਿੰਪੀ ਢਿੱਲੋਂ ਜਾਣਦੇ ਹੋ ਸਕਦੇ ਹੈ। ਪਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਦਿੱਤਾ ਡਿੰਪੀ ਢਿੱਲੋਂ ਨੇ, ਔਰ ਹੁਣ ਉਸ ਇਕੱਠ ਤੋਂ ਬਾਅਦ ਇਹ ਸਾਹਮਣੇ ਆ ਰਹੀ ਹੈ ਗੱਲ ਕਿ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਡਿੰਪੀ ਢਿੱਲੋਂ। ਨਿਰਧਾਰਿਤ ਤੌਰ ਦੇ ਉੱਤੇ ਫੈਸਲਾ ਜਲਦ ਹੀ ਸੁਣਾਇਆ ਜਾ ਸਕਦਾ ਹੈ, ਪਰ ਆਮ ਆਦਮੀ ਪਾਰਟੀ ਦਾ ਜ਼ਿਕਰ ਜਿਹੜਾ ਉਸ ਇਕੱਠ ਦੇ ਵਿੱਚ ਕਰ ਲਿਆ ਗਿਆ। ਡਿੰਪੀ ਢਿੱਲੋਂ ਜਿਹੜੇ ਆਪਣੇ ਸਮਰਥਕਾਂ ਦੇ ਸਾਹਮਣੇ ਖੜ੍ਹੇ ਸੀ ਔਰ ਹੱਥ ਜੋੜ ਕੇ ਕਿਹਾ ਸੀ ਕਿ ਜੋ ਫੈਸਲਾ ਹੋਏਗਾ ਪ੍ਰਵਾਨ ਕਰ ਲਿਆ ਜਾਵੇਗਾ, ਸਮਰਥਕਾਂ ਨੇ ਫੈਸਲਾ ਸੁਣਾ ਦਿੱਤਾ ਹੈ ਡਿੰਪੀ ਢਿੱਲੋਂ ਦੇ ਵੱਲੋਂ ਪ੍ਰਵਾਨ ਹੋਵੇਗਾ ਨਹੀਂ ਹੋਵੇਗਾ, ਇਹ ਆਉਂਦੇ ਸਮੇਂ ਨੂੰ ਟਿੱਪਣੀ ਸਾਹਮਣੇ ਆ ਜਾਵੇਗੀ। ਜੋ ਵੀ ਹੋਏਗਾ ਦੱਸਦੇ ਰਹਾਂਗੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਵੱਡਾ ਝਟਕਾ ਹੋ ਸਕਦਾ ਹੈ। ਡਿੰਪੀ ਢਿੱਲੋਂ ਇੱਕ ਵੱਡੇ ਔਰ ਸਟਰੋਂਗ ਕੰਟੈਸਟੈਂਟ ਹੈ ਆਮ ਆਦਮੀ ਪਾਰਟੀ ਦੇ ਵਿੱਚ, ਜੇ ਜਾਂਦੇ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਗਿੱਦੜਬਾਹ ਹਲਕੇ ਤੋਂ ਖੁਰਾਕ ਖੋਜ ਨਿਬੇੜਿਆ ਜਾ ਸਕਦਾ ਹੈ। ਪਰ ਹੁਣ ਕੀ ਗਿੱਦੜਬਾਹ ਤੋਂ ਫਿਰ ਸੁਖਬੀਰ ਬਾਦਲ ਨੂੰ ਆਉਣਾ ਪਵੇਗਾ, ਕੀ ਸੁਖਬੀਰ ਬਾਦਲ ਆਉਣਗੇ ਜਾਂ ਫਿਰ ਮਨਪ੍ਰੀਤ ਬਾਦਲ ਦੇ ਉੱਤੇ ਹੁਣ ਦਾਅ ਖੇਡਿਆ ਜਾਵੇਗਾ, ਜੋ ਵੀ ਹੋਏਗਾ ਆਉਂਦੇ ਸਮੇਂ ਦੇ ਵਿੱਚ ਕਲੀਅਰ ਹੋ ਸਕਦਾ ਹੈ। ਪਰ ਅਜੇ ਤੱਕ ਡਿੰਪੀ ਢਿੱਲੋਂ ਦੇ ਵੱਲੋਂ ਇਹ ਖਬਰ ਜ਼ਰੂਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਹੱਥ ਹੈ ਉਹ ਫੜ ਸਕਦੇ ਨੇ, ਆਉਂਦੇ ਕੁਝ ਘੰਟਿਆਂ ਨੂੰ ਫੜ ਲੈਣਗੇ, ਇਹ ਵੀ ਚਰਚਾ ਚੱਲਦੀ ਪਈ ਹੈ। ਖੈਰ, ਨਿਰਧਾਰਿਤ ਟਿੱਪਣੀ ਜਦੋਂ ਹੋਏਗੀ ਉਦੋਂ ਜ਼ਿਆਦਾ ਕਲੈਰਿਟੀ ਸਾਹਮਣੇ ਆ ਸਕਦੀ ਹੈ। ਜੋ ਵੀ ਹੋਏਗਾ ਦੱਸਦੇ ਰਹਾਂਗੇ, ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।